ਚੰਡਿਆਲਾ ਗੁਰੂ ਵਿਖੇ ਚੋਰਾਂ ਵੱਲੋਂ HBS ਗਨ ਹਾਊਸ ਦੀ ਕੰਧ ਪਾੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦਕਿ ਕੁਝ ਅਸਲਾ ਵੀ ਬਾਹਰ ਖਿਲ ਰਿਹਾ ਪਿਆ ਮਿਲਿਆ ਹੈ। ਇਸ ਸੰਬੰਧੀ HB ਸਿੰਘ ਗਨ ਹਾਊਸ ਦੇ ਮਾਲਕ ਹਰਮੀਤ ਸਿੰਘ ਨੇ ਦੱਸਿਆ ਕਿ ਐਤਵਾਰ ਹੋਣ ਕਾਰਨ ਅੱਜ ਗਨ ਹਾਊਸ ਬੰਦ ਸੀ ਤੇ ਉਹਨਾਂ ਨੂੰ ਕਿਸੇ ਨੇ ਸੂਚਿਤ ਕੀਤਾ ਕਿ ਉਹਨਾਂ ਦੇ ਗਨ ਹਾਊਸ 'ਚ ਚੋਰੀ ਹੋ ਗਈ ਹੈ। ਜਿਸ ਤੋਂ ਬਾਅਦ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਦੇਖਿਆ ਕਿ ਗਨ ਹਾਊਸ ਦੇ ਨਾਲ ਖਾਲੀ ਪਲਾਂਟ ਵਾਲੇ ਪਾਸੇ ਉਹ ਕੰਧ ਪਾੜੀ ਹੋਈ ਸੀ। ਉਧਰ ਇਸ ਦੀ ਸੂਚਨਾ ਮਿਲਣ ਤੋਂ ਬਾਅਦ SHO ਥਾਣਾ ਜੰਡਿਆਲਾ ਗੁਰੂ ਅਮੋਲਕ ਸਿੰਘ ਮੌਕੇ ਤੇ ਪਹੁੰਚੇ। ਇਸ ਮੌਕੇ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੀ, ਅਸੀਂ ਅੱਜ ਛੁੱਟੀ ਸੀ, ਐਤਵਾਰ ਦੀ ਅਸੀਂ ਸ਼ਹਿਰ ਸੀ ਆਪਣੇ ਘਰ 'ਚ, ਅਤੇ ਸਾਨੂੰ ਇੱਥੋਂ ਕੁਲਚੇ ਵਾਲੇ ਹੈਗੇ ਨੇ, ਉਹਨਾਂ ਦੇ ਮੁੰਡੇ ਨੇ ਫੋਨ ਕੀਤਾ ਅਤੇ ਉਹਨਾਂ ਨੇ ਦੱਸਿਆ ਕਿ ਤੁਹਾਡੇ ਗਨ ਹਾਊਸ 'ਤੇ ਚੋਰੀ ਹੋ ਗਈ ਹੈ। ਅਤੇ ਅਸੀਂ ਇੱਥੇ ਆ ਕੇ ਵੇਖਿਆ ਜੀ, ਅਤੇ ਕਿਸੇ ਨੇ ਸਾਡੇ ਗਨ ਹਾਊਸ ਨਾਂ ਦਾ ਪਲਾਟ ਸੀ ਉਹ ਖਾਲੀ ਸੀ, ਅਤੇ ਉੱਥੋਂ ਕਿਸੇ ਨੇ ਸੰਨ ਲਾ ਕੇ ਅੰਦਰ ਵੜੇ ਆ। ਅਤੇ ਅਸੀਂ ਪਹੁੰਚੇ ਇੱਥੇ ਤਾਂ ਵੇਖਿਆ ਤਾਂ ਇੱਥੇ ਗੰਨਾ ਗੁੰਨਾ ਬਾਹਰ ਖਿਲ ਰਹੀਆਂ ਥੋੜ੍ਹੀਆਂ ਬਹੁਤੀਆਂ, ਅਤੇ ਹੁਣ ਅਸੀਂ ਆਏ ਨਾਲ ਪੁਲਿਸ ਆਈ ਹੈ ਸਾਡੇ ਉਹ ਦੇਖਦੀ ਵੀ ਆ ਜੀ, ਹਲੇ ਤਾਲੇ ਖੋਲ੍ਹੇ ਨਹੀਂ, ਤਾਲੇ ਖੋਲ੍ਹ ਕੇ ਦੇਖਾਂ ਕਿੰਨਾ ਕੁ ਨੁਕਸਾਨ ਹੈ ਕੀ ਹੈ। ਮੰਗ ਜੀ ਆਹੀ ਆ ਜੀ ਕਿ ਜਿਨ੍ਹਾਂ ਨੇ ਕੀਤਾ ਉਹ ਫੜੇ ਜਾਣ, ਅਤੇ ਉਹਨਾਂ ਨੂੰ ਸਜ਼ਾ ਮਿਲੇ ਕਿ ਕਾਂ ਕਿਸੇ ਨਾ ਕੋਈ ਜਿੰਨ ਜਲਦੀ ਤੋਂ ਜਲਦੀ ਫੜੇ ਜਾਣ ਕਿ ਕਿਸੇ ਦਾ ਨੁਕਸਾਨ ਨਾ ਹੋਵੇ, ਹਥਿਆਰਾਂ ਦਾ ਕੰਮ ਆ। ਇਹਦੇ ਬਾਰੇ ਜਾਣਕਾਰੀ ਮਿਲੀ ਹੈ, ਇਹ ਐਤਵਾਰ ਹੋਣ ਕਰਕੇ ਅੱਜ ਗਨ ਹਾਊਸ ਬੰਦ ਸੀ, ਅਤੇ ਲਾਗੇ ਖਾਲੀ ਪਲਾਟ ਹੈ ਉਹਦੇ ਥਰੂ ਇਹਦੇ ਸੰਨ ਲੱਗੀ, ਅਤੇ ਇਹਦਾ ਅਸੀਂ ਚੈੱਕ ਕਰ ਰਹੇ ਹਾਂ ਵੀ ਕੀ ਗਿਆ ਜੀ, ਕਿਉਂਕਿ ਕਾਫੀ ਇਹਨਾਂ ਦੇ ਫਿੰਗਰ ਪ੍ਰਿੰਟ ਫੁੱਟਪ੍ਰਿੰਟ ਉਹਨਾਂ ਦੇ ਹੈਗੇ ਨੇ, ਅਤੇ ਉਹ ਅਸੀਂ ਸੱਦੀ ਹੈ ਫਰਾਂਸਿਕ ਮਾਹਰ ਟੀਮ, ਉਹਨਾਂ ਦੇ ਆਉਣ ਤੋਂ ਬਾਅਦ ਜਿਹੜੀ ਸਾਰੀ ਅਗਲੀ ਕਾਰਵਾਈ ਆ ਉਹੀ ਅਸੀਂ ਪਹਿਲਾਂ ਉਹ ਚੁੱਕਣੀ। ਅਜੇ ਕੋਈ ਅੰਦਾਜ਼ਾ ਨਹੀਂ ਕਰਦਾ ਹਥਿਆਰ ਬਾਹਰ ਕਿੰਨੇ ਪਏ ਬਾਹਰ, ਤਕਰੀਬਨ 9 ਪਈਆਂ ਨੇ ਗੰਨਾ, ਅਤੇ 3-4 ਅੱਗੇ ਨੇ ਰਿਵਾਲਵਰ ਪਿਸਟਲ ਦੇ ਜਿਹੜੇ ਕੋਲ ਬਕਸੇ, ਅਤੇ ਕਿਸੇ ਇਹੋ ਜਿਹੇ ਛਾਤਰ ਬੰਦੇ ਦਾ ਹੀ ਕੰਮ ਹੈ ਜਿਹੜਾ ਇਹਨੂੰ ਕੀਤੀ ਹੈ ਘਰ ਵਿੱਚ ਸਾਨੂੰ ਲਾਈ ਅਸਲ ਗੰਨ ਉਸ ਨੂੰ ਪਾਸ ਕਰਦੇ।